ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਦਾਸ ਦਾ ਨਾਮ ਸਤਨਾਮ ਸਿੰਘ ਅਤੇ ਆ ਭਾਜੀ ਕੁਲਦੀਪ ਸਿੰਘ ਜੀ ਨੇ ਜਿਹਨਾਂ ਨਾਲ 22 ਤਰੀਕ ਨੂੰ ਇੱਕ ਭਾਣਾ ਵਰਤਦਾ ਆ। ਆਪਣੇ ਜਗ੍ਹਾ ਦਾ ਨਾਂ ਕੀ ਆ? ਗੁਰਦੁਆਰਾ ਮੋਹਨ ਗਾਰਡਨ। ਅਤੇ ਇਹਨਾਂ ਨਾਲ ਕੀ ਹੁੰਦਾ ਜੀ, 22 ਤਰੀਕ ਨੂੰ 25 ਬੰਦੇ ਮਿਲ ਕੇ, ਡਾਕਟਰ ਰਿਆਤ ਨੇ ਕੋਈ ਜਿਨ੍ਹਾਂ ਦਾ ਨਾਂ ਡਾਕਟਰ ਰਿਆਤ ਆ, 25 HS ਰਿਆਤ ਨੇ, ਉਹ 25 ਬੰਦੇ ਲੈ ਕੇ ਇੱਕ ਗੁਰਸਿੱਖ ਮੁੰਡੇ ਨੂੰ ਬਾਹਾਂ ਤੋਂ ਫੜ ਕੇ ਉਹਨਾਂ ਦੀ ਬੇਇੱਜ਼ਤੀ ਕੀਤੀ ਜਾਂਦੀ ਆ, ਕੁੱਟਮਾਰ ਕੀਤੀ ਜਾਂਦੀ ਆ। ਉਹ ਤੋਂ ਬਾਅਦ ਜਦ ਇਹ ਚੀਜ਼ ਹੋ ਜਾਂਦੀ ਆ, ਇਹ ਭਾਜੀ 100 ਨੰਬਰ 'ਤੇ ਫੋਨ ਕਰਦੇ ਨੇ, ਪੁਲਿਸ ਪ੍ਰਸ਼ਾਸਨ ਆਉਂਦੀ ਆ, 4 ਘੰਟੇ ਥਾਣੇ ਖੜ੍ਹੇ ਰਹਿ ਕੇ ਚਲੇ ਜਾਂਦੇ ਨੇ, ਕੋਈ ਕਾਰਵਾਈ ਨਹੀਂ ਹੁੰਦੀ। ਅੱਗੇ ਭਾਜੀ ਦੱਸਣਗੇ ਵੀ ਇਹਨਾਂ ਨਾਲ ਕੀ ਇੰਸੀਡੈਂਟ ਹੋਇਆ ਸੀਗਾ। ਸਾਧ ਸੰਗਤ ਜੀ, ਅੱਜ ਅਸੀਂ 12 ਵਜੇ ਦੇ ਇੱਧਰ ਆਏ ਹੋਏ ਹਾਂ, ਦੁਪਹਿਰ 12 ਵਜੇ ਦੇ ਆਏ ਹੋਏ ਹਾਂ, ਅਤੇ ਹੁਣ ਤੱਕ ਤਕਰੀਬਨ 8:30 ਵੱਜ ਚੁੱਕੇ ਹਾਂ। ਸਾਨੂੰ ਸਾਡੀ ਕੰਪਲੇਂਟ ਜਿਹੜੀ ਕਰਾਉਣੀ ਹੈ ਉਹਦੀ ਹੁਣ ਤੱਕ ਰਿਸੀਵਿੰਗ ਨਹੀਂ ਦੇ ਰਹੇ। ਕਹਿ ਰਹੇ ਕੱਲ੍ਹ ਆਇਓ 10 ਵਜੇ, ਅਤੇ ਜਾਣ ਕੇ ਜਿਹਨੂੰ ਡਿਲੇ ਕਰ ਰਹੇ ਨੇ, ਇਹ FIR ਸਾਡੀ ਕਰਾਉਣਾ ਨਹੀਂ ਚਾਹੁੰਦੀ। ਹੁਣ ਤੱਕ ਵੀ ਸਾਨੂੰ ਕੋਈ ਜਵਾਬ ਨਹੀਂ ਆ ਰਿਹਾ। ਜਿਹੜਾ ਪੁਲਿਸ ਵਾਲਾ, ਉਹਦਾ ਨਾਮ ਪਵਨ ਨੇ, ਉਹਨੇ ਮੈਨੂੰ ਫਿਰ ਇੱਕ ਵਾਰ ਬੁਲਾਇਆ ਸੀਗਾ ਸਵੇਰੇ ਕਿ ਬਾਈ ਤੁਸੀਂ ਆ ਜਾਓ, ਤੁਹਾਡੀ FIR ਜੀ ਕਰਵਾ ਰਹੇ ਹਾਂ, ਪਰ ਹੁਣ ਤੱਕ ਕੋਈ ਸਾਡੀ FIR ਹੁਣ ਤੱਕ ਸਾਨੂੰ ਰਿਸੀਵਿੰਗ ਨਹੀਂ ਦਿੱਤੀ ਗਈ। 22 ਤਰੀਕ ਨੂੰ ਤੁਹਾਡੇ ਨਾਲ ਵਾਕਾ ਹੁੰਦਾ, ਉਸ ਦਿਨ ਵੀ ਤੁਸੀਂ FIR ਕਰਵਾਉਣ ਆਉਂਦੇ ਹੋ, ਲੇਕਿਨ ਉਸ ਦਿਨ ਵੀ ਤੁਹਾਡੀ FIR ਨਹੀਂ ਲਿਖੀ ਜਾਂਦੀ? ਉਸ ਦਿਨ ਵੀ ਸਾਡੇ ਤਾਂ ਪ੍ਰੈਸ਼ਰ ਬਣਾਇਆ ਗਿਆ ਕਿ ਤੁਸੀਂ ਹੁਣ 4 ਘੰਟੇ ਖੜ੍ਹੇ ਰਹੋਗੇ, ਅੱਗੇ ਰਾਤ ਹੋ ਗਈ ਆ, ਸਾਨੂੰ ਤਕਰੀਬਨ 11 ਵੱਜ ਗਏ ਰਾਤ ਦੇ, ਇੱਧਰ ਕਹਿੰਦੇ 5-6 ਘੰਟੇ ਹੋਰ ਖੜ੍ਹੇ ਰਹੋਗੇ ਇੱਧਰ, ਅਤੇ ਹੁਣ ਆ ਕੁਛ ਵੀ ਨਹੀਂ ਹੈ, ਤੁਸੀਂ ਆਪਸ ਵਿੱਚ ਕਰੋ ਕਿਆ ਕਰਨਾ ਹੈ ਤੁਹਾਨੂੰ। ਮੈਂ ਕਿਹਾ ਮੈਂ ਕੁਛ ਨਹੀਂ ਕਰਨਾ ਇੱਧਰ, ਮੈਂ ਸਮਝੌਤਾ ਕਰਨ ਨਹੀਂ ਆਇਆ ਇੱਧਰ, ਮੇਰੀ MNC ਕਟਾਓ ਅਤੇ ਅੱਗੇ ਕੇਸ ਦੀ ਕਾਰਵਾਈ ਕੀਤੀ ਜਾਏ, ਪਰ ਹੁਣ ਤੱਕ ਉਹਨਾਂ ਦਾ ਉਹੀ ਰਵੱਈਆ ਰਹਿ ਸੂ, ਤੋਂ ਹੁਣ ਤੱਕ ਉਹੀ ਚੀਜ਼ ਚੱਲੀ ਜਾ ਰਹੀ। ਹੁਣ ਵੀ ਸਾਨੂੰ ਤਕਰੀਬਨ 9 ਘੰਟੇ ਹੋ ਚੁੱਕੇ ਆ, ਅਤੇ ਉੱਦਾਂ ਹੀ ਭੁੱਖੇ ਪੈ ਖੜੇ ਨੇ, ਤਾਂ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਜਿਹੜੇ ਵੀ ਪ੍ਰਬੰਧਕ ਕਮੇਟੀ ਦੇ ਮੈਂਬਰ ਹੈਗੇ, ਮੈਂ ਬੇਨਤੀ ਕਰਦਾ, ਪਲੀਜ਼ ਸਾਡੀ ਸਪੋਰਟ ਕੀਤੀ ਜਾਏ, ਪਲੀਜ਼ ਸਾਡੀ ਹੈਲਪ ਕੀਤੀ ਜਾਵੇ। ਸੰਗਤਾਂ ਦੇ ਚਰਨਾਂ 'ਚ ਇੱਕ ਹੋਰ ਬੇਨਤੀ ਹੈ ਜੀ, 22 ਦੀ ਜਿਹੜੇ 22 ਤਰੀਕ ਨੂੰ ਵਾਕਿਆ ਹੋਇਆ ਸੀਗਾ, ਜਬਰਨ ਇਹਨਾਂ ਤੋਂ ਸਾਈਨ ਕੀਤੇ ਗਏ ਸੀ ਇਹ ਸਮਝੌਤੇ ਦੇ, ਕਿ ਤੁਸੀਂ ਸਮਝੌਤਾ ਕਰ ਲਓ। ਬਾਈ ਨੇ ਮਨਾ ਕੀਤਾ, ਪਰ ਪੋਲੀਟੀਕਲ ਦਬਾਅ ਸੀਗਾ ਜਾਂ ਫਿਰ ਕੁਛ ਉਹਨਾਂ ਦੇ ਪੁਲਿਸ ਵਾਲਿਆਂ ਦੇ, ਬਾਈ ਦੇ ਜ਼ਬਰਦਸਤੀ ਸਾਈਨ। ਅਸੀਂ ਆਪ ਜਾ ਕੇ ਡਾਕਟਰੀ MLC ਕਰਾਈ ਆ, ਦੁਪਹਿਰ 2 ਵਜੇ ਦੇ ਗਏ ਹੋਏ, ਰਾਤੀ 2:30 ਵਜੇ ਤੱਕ ਅਸੀਂ ਉੱਥੇ ਹੋਸਪਿਟਲ ਹੀ ਸੀਗੇ, ਇਹਦੀ MLC ਕਰਾਈ ਆ। ਉਹ ਤੋਂ 2 ਜਾਂ 3 ਦਿਨ ਬਾਅਦ ਇਹਨੂੰ ਪੁਲਿਸ ਤੋਂ ਫੋਨ ਆਉਂਦਾ ਆ ਵੀ ਤੁਸੀਂ ਆਪਣੀ FIR ਕਰਾ ਲਓ, ਅਤੇ FIR ਕਰਾਉਣਾ ਅਸੀਂ ਅੱਜ 12 ਵਜੇ ਆਏ ਇੱਥੇ, 12 ਵਜੇ ਤੋਂ ਆਹ ਅੱਜ 9 ਦਾ ਟਾਈਮ ਹੋ ਰਿਹਾ ਜੀ, 9 ਵੱਜ ਚੁੱਕੇ ਨੇ, ਅਸੀਂ ਬਾਹਰ ਹੀ ਖੜ੍ਹੇ ਹਾਂ, ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ, ਨਾ ਕੋਈ ਪ੍ਰਸ਼ਾਸਨ ਵੱਲੋਂ ਸਾਨੂੰ ਕੋਈ ਮਦਦ ਕੀਤੀ ਜਾ ਰਹੀ ਆ, ਨਾ ਹੀ ਦਿੱਲੀ ਕਮੇਟੀ ਵੱਲੋਂ ਸਾਨੂੰ ਕੋਈ ਮਦਦ ਕੀਤੀ ਜਾ ਰਹੀ ਆ, ਅਸੀਂ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੋ ਰਹੇ ਹਾਂ। ਅਤੇ ਰਿਕੁਐਸਟ ਆ ਜੀ, ਸਾਰੇ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ ਜੀ, ਆਹ ਮੁੰਡਿਆਂ ਦੀ ਸਹਾਇਤਾ ਕੀਤੀ ਜਾਏ ਜੀ, ਸਾਡੇ ਨਾਲ ਹੋਏ ਜਾਏ, ਅਤੇ ਸਾਨੂੰ ਜਿਹੜਾ ਬਣਦਾ ਆ ਉਹ ਬੰਦੇ ਦੀ ਸਜ਼ਾ ਉਹ ਮੁਕੰਮਲ ਹੋਵੇ, ਉਹ ਉਹਨੂੰ ਦਿੱਤੀ ਜਾਵੇ ਅਤੇ ਸਾਡੀ ਸਹਾਇਤਾ ਕੀਤੀ ਜਾਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਿੰਨੇ ਮੇਰੇ ਵੀਰ ਸਾਰਿਆਂ ਨਾਲ ਖੜ੍ਹੇ ਆ, ਔਰ ਪੂਰੀ ਸੰਗਤ ਨੂੰ, ਵਰਲਡ ਵਾਈਡ ਸੰਗਤ ਨੂੰ ਮੈਂ ਬੇਨਤੀ ਕਰਦਾ, ਗੁਰਮੁਖੋ ਕਿਸੇ ਨੂੰ ਕੋਈ ਤਕਲੀਫ ਹੁੰਦੀ ਹੈ, ਦੁੱਖ ਹੁੰਦਾ ਹੈ, ਕੁਛ ਵੀ ਹੁੰਦਾ, ਸਿੱਖ ਕੌਮ ਸਭ ਤੋਂ ਅੱਗੇ ਆਉਂਦੀ ਹੈ, ਭਾਵੇਂ ਉਹ ਘਰ ਬਣਾਉਣਾ ਹੋਵੇ, ਭਾਵੇਂ ਵਿਆਹ ਕਰਾਉਣੇ ਹੋਣ, ਕੁਛ ਵੀ ਕਿਸੇ ਦੀ ਕੋਈ ਮਾਲੀ ਮਲੋਕੀ ਕੁਛ ਵੀ ਕੋਈ ਪ੍ਰੋਬਲਮ ਹੁੰਦੀ ਹੈ, ਸਿੱਖ ਉਸ ਵਾਸਤੇ ਅੱਗੇ ਆਉਂਦੇ ਆ। ਪਰ ਸਿੱਖਾਂ ਨਾਲ ਹੀ ਧੱਕਾ ਕਿਉਂ ਕਿਉਂ ਧੱਕਾ ਹੁੰਦਾ ਸਿੱਖਾਂ ਨਾਲ? ਕੋਈ ਭੁੱਖਾ ਹੋਵੇ ਤਾਂ ਅਸੀਂ ਲੰਗਰ ਲੈ ਕੇ ਦੌੜ ਲੈਂਦੇ ਹਾਂ, ਲੰਗਰ ਛਕਾਓ ਲੰਗਰ ਛਕਾਓ ਜੀ, ਨਾ ਅਸੀਂ ਸਿਰਫ ਲੰਗਰ ਛਕਾਉਣ ਵਾਸਤੇ ਹੀ ਹਾਂ, ਅਸੀਂ ਸਿਰਫ ਲੋਕਾਂ ਨੂੰ ਲੰਗਰ ਖਵਾਉਣਾ, ਲੰਗਰ ਛਕਾਉਣਾ ਮਾੜੀ ਗੱਲ ਨਹੀਂ। ਪਰ ਇੱਥੇ ਭਾਈ ਕੁਲਦੀਪ ਸਿੰਘ ਜੀ ਜਿਹੜੇ, ਜਿਹਨਾਂ ਨੂੰ ਉਹ ਵੀਰ ਖੜ੍ਹੇ ਨੇ, ਜਿਹਨਾਂ ਨੂੰ 20-25 ਜਣਿਆਂ ਨੇ ਮਾਰਿਆ ਇਕੱਠੇ ਹੋ ਕੇ, ਉਹਦਾ ਨਾ ਖਾਸਤਾ ਕੇਸ, ਉਹਨਾਂ ਦੇ ਕੇਸਾਂ ਦੀ ਵੈਦ ਵੀ ਕੀਤੀ ਗਈ, ਦਸਤਾਰ ਲਾਈ ਗਈ ਉਹਨਾਂ ਦੀ, ਕਿ ਸਾਡੀ ਸਿੱਖਾਂ ਨਾਲ ਹੀ ਧੱਕਾ ਕਿਉਂ ਇਸ ਭਾਰਤ ਦੇਸ਼ ਵਿੱਚ, ਜਾਂ ਪੂਰੇ ਵਰਲਡ ਵਾਈਜ਼ ਸਿੱਖਾਂ ਨਾਲ ਧੱਕਾ ਕਿਉਂ? ਸਿੱਖ ਕਿਸੇ ਦਾ ਮਾੜਾ ਨਹੀਂ ਚਾਹੁੰਦੇ, ਨਾ ਹਿੰਦੂ ਧਰਮ ਦਾ, ਨਾ ਮੁਸਲਮਾਨ ਦਾ, ਕਿਸੇ ਧਰਮ ਦਾ ਸਿੱਖ ਮਾੜਾ ਨਹੀਂ ਸੋਚਦਾ। ਨਾਨਕ ਨਾਮ ਚੜ੍ਹਦੀ ਰਹਾ ਤੇਰੇ ਭਾਣੇ ਸਰਬੱਤ ਦਾ ਭਲਾ, ਅਸੀਂ ਤਾਂ ਸ਼ਾਮ ਸਵੇਰੇ ਸਰਬੱਤ ਦਾ ਭਲਾ ਮੰਗਦੇ, ਸਾਡੇ ਨਾਲ ਧੱਕਾ ਕਿਉਂ ਹੁੰਦਾ ਬਾਈ? ਖੁਦਾ ਨਾ ਖਾਸਤਾ ਇਹ ਬਹਾਦਰੀ ਦੀ ਗੱਲ ਦੱਸੋ, ਤੁਸੀਂ 20-25 ਜਣੇ ਇਕੱਠੇ ਹੋ ਕੇ ਇੱਕ ਜਣੇ ਨੂੰ ਮਾਰਦੇ ਹੋ, ਤੁਹਾਡੀ ਕੀ ਬਹਾਦਰੀ ਹੈ? ਹੈਂ, ਬਾਣੀ ਕਹਿੰਦੀ ਜੇ ਸਕਤਾ ਸਕਤੇ ਕੋ ਮਾਰੇ ਤਾਂ ਵਣ ਰੋਸ ਨਾ ਹੋਈ, ਜੇ ਬਰਾਬਰ ਦਾ ਬੰਦਾ ਬਰਾਬਰ ਦੇ ਮਾਰਦਾ ਕੋਈ ਗੱਸੜ ਗੱਲ ਨਹੀਂ ਹੁੰਦੀ, ਤੇ 20-25 ਜਣਿਆਂ ਨੇ ਇਕੱਠੇ ਹੋ ਕੇ ਮਾਰਿਆ, ਖੁਦਾ ਨਾ ਖਾਸਤਾ ਰੱਬ ਐਸਾ ਨਾ ਕਰੇ
अगर ओदी जान नु कुछ हो जाए अज ओदी रब ना करे अगर ऐसा कुछ हो जाए तो ओदा प्रशासन की जिम्मेवारी लेगी दसो। अगर खुदा ओदा परिवार है घर है ओदा बच्चा एक बच्चा ओदा मुंडा है ओदा परिवार है पूरा कुछ हो जाए ओनू और परिवार तो यही भी सुनया गया कहिंदे भाई भी जो कुलदीप सिंह मारिया गया ओनू खून की उल्टी भी आई है और अज भी कहते भी जो ओदे शरीर नू पूरा दर्द हो रहा है और 25 जना ने इकट्ठे होके मारिया भाई भी तुम हम अपने घर च ही बैठोगे साथ नहीं जे साथ इंसान धर्म नू छड्डो धर्म नू तुसी पिछे छड्डो भावे तुसी हिंदू हो मुसलमान हो कुछ मर्जी हो सानू उहदे नाल मतलब नहीं। सब तो पहला इंसानियत है इंसानियत आऊगी तो धर्म है जे इंसान के धर्म का कोई फायदा नहीं इंसानियत है तो धर्म है तो इंसानियत वास्ते तुसी गुरु दे सिखो कल्ले लंगर वास्ते ना फेमस हो तुसी वे असीं लोगों को लंगर खवा रहे हैं ये कर रहे हैं वो कर रहे हैं अरे इत्थे बंदा मर रहा है यार तुसी इत्थे साथ देने वास्ते नहीं आते तुसी साथ दो इन्हां दा आके इन्हां दे नाल खड़ो और इन्हां दा साथ दो बस इन्हीं संगत नूं बेनती है और इन्हां दे नाल खड़ो परिवार दे नाल जो इन्हां दे नाल वाकया किन्ने बजे तक आए हुए हो इत्थे एफ आई आर करवा जी 12 बजे आए हुए जी और 12 बजे किसी 12 बजे आए हो 9 बज चुके ने हजे तक एफ आई आर दर्ज नहीं की गई नहीं की गई एफ आई आर दर्ज तो उन्होंने पर्ची तो ले लिया जी सानू कोई रिसीविंग नहीं दे रहे घुमा रहे ने साडा आ पुलिस वाला आएगा आ साइन करेगा आ लेगा ये करेगा जी वो करेगा आ करते करते 12 तो 9 हो गए जी किन्ना का टाइम लगता है जी किन्ना का टाइम लगता है जी एक रिसीविंग करके जी वो फाइल ते चढ़ा के सानू देने किन्ना का टाइम लगेगा 12 बजे ते आए हुए हैं ते आ 9 बजे का टाइम हो कोई सुनवाई नहीं असि देखो देखो तुसी अगर गुरु दे सिखो ना अगर तुहाडे च सिखी है तुसी धर्म नू छड्डो अगर तुसी इंसानियत हो तो इत्थे आके कुलदीप सिंह वीर जी इन्हां दे नाल खड़ो इन्हां दा साथ दो और सारयां नू सिर्फ लंगर वास्ते फेमस ना हो इत्थे लोकां दे हेल्प वास्ते भी हो ये कुलदीप सिंह वीर जी ने इन्हों के खून की उल्टी इन्हों हुई खुदा ना खासा कुछ हो जाए ये बच्चे कौन पालेगा यदि घरवाले कौन संभालेगा यदि माँ प्यो कौन संभालेगा असी किस वास्ते सिखा सिर्फ दाढ़ी रखनी वड्डे वड्डे दाढ़े रखने वड्डिया वड्डिया पग्गा बनने इस वास्ते असी इंसान साढ़े चो मर चुकी है इसी चीज़ नू अगे ले जाने वास्ते भिंडरांवाले बाबा जरनैल सिंह भिंडरांवाले इसी चीज़ को खत्म करने वास्ते क्या सी भी साडा एक खालिस्तान होना चाहिए साडा राज होना चाहिए जिथे किसी की सुनवाई होए पर इस भारत में सुनवाई होंगी नहीं क्यों नहीं होंगी यार सिखा की सुनवाई सिखा वाले तो का क्यों सिखी क्यों दुखी ने कदे दस्तार उतर रही है कदे केस वड्डे जा रहे हैं कदे कतल हो रहा है कदे इज्जत लुटी जा रही है कदे बलात्कार हो रहे हैं क्यों सिखा वाले क्यों की बिगाड़ा असी लोगों का साडे पिछे क्यों लोग पे ने सिखा के पिछे क्यों पे ने असी किसका की बिगाड़िया तो इन्नी मेरी बेनती है जी तुहानू सारयां नू वीडियो बन रही है वीर जी ने खड़े आ कुलदीप सिंह वीर जी ने साथ दो ये नाल खड़ो इन्नी मेरी बेनती है जी वाहेगुरु जी का खालसा वाहेगुरु जी की फतेह।